ਸਲਾਮ ਵਾਲੇਕੁਮ ਭੈਣੋ ਤੇ ਭਰਾਵੋ ਅੱਜ ਆਪਣੀ ਵੀਡੀਓ ਬਣ ਰਹੀ ਹੈ ਪੰਜਾਬੀ ਜ਼ੁਬਾਨ ਚ ਤੇ ਕਿਉਂਕਿ ਅਸੀਂ ਗੱਲ ਕਰਨ ਲੱਗੇ ਆ ਪੰਜਾਬੀ ਖਾਣਿਆਂ ਦੀ ਤੇ ਸਾਹਮਣੇ ਸਾਡੇ ਬੈਠੇ ਹੋਏ ਨੇ ਇਸ ਟਾਈਮ ਜਿਨ੍ਹਾਂ ਨੂੰ ਅਸੀਂ ਡੇਲੀ ਯਾਦ ਕਰਨੇ ਆ ਜਿਨ੍ਹਾਂ ਦਾ ਅਸੀਂ ਡੇਲੀ ਨਾਮ ਲੈਨੇ ਆ ਆਬਾਸ ਜੱਟ ਸਾਹਿਬ ਤੁਸੀਂ ਦੇਖ ਰਹੇ ਹੋਗੇ ਕਿ ਪੂਰਾ ਉਹਨਾਂ ਨੇ ਆਪਣਾ ਟਰੈਕਸੂਟ ਪਾਇਆ ਹੋਇਆ ਹੈ ਤੇ ਇਸ ਟਾਈਮ ਤੁਹਾਨੂੰ ਧੂਆਂ ਵੀ ਉੱਠਦਾ ਨਜ਼ਰ ਆ ਰਿਹਾ ਤੇ ਮੈਂ ਐਸਨ ਭੱਟੀ ਸਾਹਿਬ ਯਾਹਾਂ ਪੇ ਮੌਜੂਦ ਹੈ ਜੀ ਐਸਨ ਭੱਟੀ ਸਾਹਿਬ ਇੱਥੇ ਮੌਜੂਦ ਨੇ ਐਸਨ ਭੱਟੀ ਸਾਹਿਬ ਮਾਸ਼ਾਅੱਲਾ ਤੁਸੀਂ ਪੰਜਾਬੀ ਜੋ ਕਲਚਰ ਦੇ ਵਿੱਚ ਜੰਮੇ ਪਲੇਓ ਤੇ ਪੰਜਾਬੀ ਮਾਸ਼ਾਅੱਲਾ ਤੁਸੀਂ ਬੋਲਦੇ ਹੋ ਤੇ ਪੰਜਾਬੀ ਚ ਦੱਸੋ ਜਰਾ ਤੁਸੀਂ ਕੀ ਖਾ ਰਹੇ ਹੋ ਸਰਕਾਰ ਸਾਗ ਦੀ ਤੇ ਗੱਲ ਹੀ ਕਿਆ ਬਾਤ ਆਏ ਹਾਏ ਹਾਏ ਸਾਗ ਤੇ ਪੰਜਾਬੀਆਂ ਦੀ ਸ਼ਾਨ ਤੇ ਆਏ ਹੈ ਇਹ ਹੈ ਜੀ ਡ੍ਰੀਮ ਸਰਮਨੀ ਕੇ ਓਨਰ ਰਾਨਾ ਐਸ਼ਨ ਭੱਟੀ ਸਾਹਿਬ ਤੋ ਰਾਨਾ ਸਾਹਿਬ ਸਾਨੂੰ ਜਰਾ ਦੱਸੋ ਮਾਸ਼ਾਅੱਲਾ ਜਿਹੜਾ ਤੁਸੀਂ ਖਾ ਰਹੇ ਹੋ ਸਾਗ ਇਹ ਸਾਡੇ ਨਾਜ਼ਰੀਨ ਨੂੰ ਵੀ ਦੱਸੋ ਕਿ ਇਹਦੇ ਕੀ ਫਾਇਦੇ ਨੇ ਸਰਕਾਰ ਇਹਦੇ ਫਾਇਦੇ ਇਹ ਆ ਕਿ ਛੱਡੋ ਸਾਰੇ ਕਮਨ ਨੂੰ ਦੇਸੀ ਖਾਣਾ ਖਾਓ ਹੈ ਛੱਡੋ ਸ਼ਵਾਰਮਾ ਸ਼ੂਰਮਾ ਇਹਨਾਂ ਨੂੰ ਹੈ ਕੋਈ ਗੱਲ ਨਾ ਸੇ ਇਹਨੂੰ ਨੁਕਸਾਨ ਪਹੁੰਚੇ ਤੁਹਾਡੀ ਕੋਈ ਸੇ ਸੋਸ ਵੀ ਬਣੇ ਤੇ ਸਾਹ ਖਾਓ ਆ ਪੰਜਾਬੀ ਬਣੋ ਮਤਲਬ ਗੋਰੇ ਨਾ ਬਣੋ ਗੋਰੇ ਨਾ ਗੋਰੇ ਨਾ ਬਣੋ ਮਤਲਬ ਉਹ ਗੋਰਿਆਂ ਦੀ ਖੁਰਾਕ ਹੈ ਜਿਹੜੀ ਤੁਸੀਂ ਖਾਂਦੇ ਹੋ ਸ਼ਵਾਰਮਾ ਬਰਗਰ ਉਹ ਤੁਸੀਂ ਅੰਗਰੇਜ਼ੀ ਬੁਆਏ ਨਾ ਬਣੋ ਪੰਜਾਬੀ ਬੁਆਏ ਬਣੋ ਹਾਂਜੀ ਬਾਤ ਤੁਸੀਂ ਡਾਕਟਰ ਕੋਲ ਜੰਦੇ ਟਾਈਮ ਦੇ ਨਾਲ ਹੈ ਹਾਂ ਉਹ ਜਿਵੇਂ ਡਾਕਟਰ ਆਫਾਨ ਨਹੀਂ ਕਹਿੰਦਾ ਪਿਆ ਅੱਜ ਕੱਲ ਵੀਡੀਓ ਚ ਕਿ ਉਸ ਮੋਸਾ ਵੇਖ ਕੇ ਕਹਿੰਦਾ ਕਿ ਇਹ ਵੇਖੋ ਜੀ ਇਹ ਕਿਟਮ ਬੰਬ ਠੀਕ ਹੈ ਤੇ ਇਧਰ ਦੇਖੋ ਜੀ ਸਾਡੇ ਸਾਹਮਣੇ ਆਵਾਜ਼ ਜੱਟ ਸਾਹਿਬ ਆਵਾਜ਼ ਜੱਟ ਸਾਹਿਬ ਜ਼ਰਾ ਉੱਪਰ ਦੇ ਚਿਹਰਾ ਕਰਨਾ ਲੋਕੀ ਡੇਲੀ ਕਹਿੰਦੇ ਨੇ ਸਾਨੂੰ ਰੋਜ਼ਾਨਾ ਸਾਨੂੰ ਕਹਿੰਦੇ ਨੇ ਕਿ ਬਾਦ ਜੱਟ ਸਾਹਿਬ ਦਾ ਤੁਸੀਂ ਚਿਹਰਾ ਨਹੀਂ ਵਿਖਾਉ ਬਾਜਾ ਸਾਹਿਬ ਕਹ ਰਹੇ ਨੇ ਨਹੀਂ ਨਹੀਂ ਯਾਰ ਰਹਿਣ ਦਿਓ ਐਸਾ ਮੈਨੂੰ ਕੰਸੈਂਟਰੇਟ ਕਰਨ ਦਿਓ ਖਾਣ ਪੀਣ ਤੇ ਤੁਸੀਂ ਮੇਰੀ ਸਿਹਤ ਮਾੜੀ ਕਰ ਦਿੰਦੇ ਹੋ ਰੋਟੀ ਮੈਨੂੰ ਖਾਣ ਨਹੀਂ ਦਿੰਦੇ ਫੇ ਤੇ ਬਾਜਾ ਸਾਹਿਬ ਜਿਹੜ ਨੇ ਪਾਣੀ ਪੀ ਲੈਗੇ ਨੇ ਲੇਕਿਨ ਬਾਜਾ ਸਾਹਿਬ ਪਾਣੀ ਪੀਓਗੇ ਰੋਟੀ ਘੱਟ ਖਾਧੀ ਜਾਏਗੀ ਇਧਰ ਜੀ ਸਾਡੇ ਰਾਣਾ ਨਮਾਨ ਸਾਹਿਬ ਬੈਠੇ ਦੇ ਨੇ ਤੇ ਇਹ ਵੀ ਸਾਗ ਨਾਲ ਲੁਤਫੂ ਠਾ ਰਹੇ ਨੇ ਰੋਟੀ ਦਾ ਤੇ ਇਧਰ ਰਾਣਾ ਸੁਫੀਆਨ ਸਾਹਿਬ ਰਾਣਾ ਸੁਫੀਆਨ ਸਾਹਿਬ ਤੁਸੀਂ ਆ ਕੇ ਬੈਠੋ ਜ਼ਰਾ ਆਪਣੀ ਨਿਸ਼ਤ ਤੇ ਦੱਸੋ ਜ਼ਰਾ ਜੀ ਸਾਗ ਖਾ ਰਹੇ ਹੋ ਤੇ ਲੋਕਾਂ ਨੂੰ ਕੀ ਕਹੋਗੇ ਕਿ ਸਾਗ ਜਿਹੜਾ ਨਾ ਸਰਦੀਆਂ ਦੀ ਸੁਗਾਤ ਹੈ ਤੇ ਅੱਲਾਹ ਦੀ ਨੇਮਤ ਹੈ ਤੇ ਇਹਨੂੰ ਖਾਣਾ ਚਾਹੀਦਾ ਕਿ ਨਹੀਂ ਹਾਂਜੀ ਰਾਣਾ ਸੁਫੀਆਨ ਸਾਹਿਬ ਦੱਸੋ ਜਰਾ ਬਿਲਕੁਲ ਜੀ ਬਿਲਕੁਲ ਇਹ ਜਰਾ ਉੱਪਰ ਵੇਖ ਕੇ ਦੱਸੋ ਆਪਣੀ ਜ਼ੁਲਫਾਂ 'ਤੇ ਸਵਾਰ ਤੇ ਹੋਵੇ ਦੱਸੋ ਦੱਸੋ ਰਾਣਾ ਸਾਹਿਬ ਇਹ ਸਾਗ ਜਿਹੜਾ ਨਾ ਸਾਗ ਤੇ ਸੰਧੀਆਂ ਵਿੱਚ ਤੇ ਖਾਣਾ ਚਾਹੀਦਾ ਗਰਮ ਹੁੰਦਾ ਗਰਮ ਹੁੰਦਾ ਬਹੁਤ ਹੀ ਗਰਮ ਹੁੰਦਾ ਪੋਕਰ ਰੈਪ ਇਹ ਜੀ ਤੁਸੀਂ ਗੱਲਾਂ ਸੁਣੀਆਂ ਸਾਰਿਆਂ ਦੀਆਂ ਕਿਉਂਕਿ ਗਰਮ ਸਾਗ ਹੁੰਦਾ ਹੈ ਸਾਗ ਜ਼ਾਹਰੀ ਗੱਲ ਹੈ ਜਦੋਂ ਓਵਨ ਚ ਗਰਮ ਹੋ ਕੇ ਆਇਆ ਤੇ ਗਰਮ ਹੀ ਹੋਏਗਾ ਜ਼ਾਹਰੀ ਗੱਲ ਹੈ ਤੇ ਇਹ ਜੀ ਥੱਲੇ ਨਾਲ ਇੱਕ ਬੱਚਾ ਵੀ ਬੈਠਾ ਹੈ ਉਹ ਬੱਚੇ ਦਾ ਨਾਮ ਹੈ ਜੀ ਰਾਣਾ ਅਬਦੁਲ ਹਾਦੀ ਔਰ ਰਾਣਾ ਐਸ਼ਨ ਭਟੀ ਸਾਹਿਬ ਇਹ ਕਿਸੇ ਤਰਫ ਦੇ ਮਹਤਾਜ ਨਹੀਂ ਨੇ ਅਗਰ ਤੁਸੀਂ ਕੋਈ ਇਵੈਂਟ ਪਲਾਨ ਕਰਾਣਾ ਹੈ ਤੇ ਕੇ ਤੁਹਾਨੂੰ ਤੁਹਾਡੀ ਸਾਡੀ ਇੱਕ ਵੀਡੀਓ ਨਜ਼ਰ ਆਏਗੀ ਜਿੱਦੇ ਚ ਅਸੀਂ ਇਵੈਂਟ ਪਲਾਨਿੰਗ ਦੇ ਬਾਰੇ ਦੱਸਾਂਗੇ ਤੁਸੀਂ ਕਿਸੇ ਕਿਸਮ ਦਾ ਇਵੈਂਟ ਪਲਾਨ ਕਰਾਣਾ ਹੈ ਜਿਵੇਂ ਆਪਾਂ ਹੁਣ ਖਾਣੇ ਦਾ ਇਵੈਂਟ ਪਲਾਨ ਕਰਕੇ ਬੈਠੇ ਹੋਏ ਆ ਤੇ ਇਹੋ ਜੇ ਕੋਈ ਇਵੈਂਟ ਅਸੀਂ ਤੁਸੀਂ ਕਰਵਾਣੇ ਹੋਣ ਤੇ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਤੇ ਪੰਜਾਬੀ ਬੋਲਿਆ ਕਰੋ ਪੰਜਾਬੀ ਸਾਡੀ ਜਿਹੜੀ ਹੈ ਮਾਂ ਬੋਲੀ ਜ਼ੁਬਾਨ ਹੈ ਮادری ਜ਼ੁਬਾਨ ਹੈ ਤੇ ਪੰਜਾਬੀ ਅਸੀਂ ਹੈਗੇ ਆ ਸਾਡੀ ਪੰਜਾਬੀ ਹੈ ਹਾਂ ਅੱਛਾ ਸਾਨੂੰ ਫਖਰ ਹੈ ਸਾਡੀ ਜ਼ੁਬਾਨ ਪੰਜਾਬੀ ਹੈ ਅਸਾਂ ਪੰਜਾਬੀ ਆਂ ਪੰਜਾਬੀ ਅਸਾਂ ਬੋਲਦੇ ਆਂ ਤੇ ਪੰਜਾਬੀ ਜਿਹੜੇ ਨੇ ਉਹ ਦਿਲ ਦੇ ਵੀ ਖੁੱਲੇ ਹੁੰਦੇ ਨੇ ਔਰ ਆਪਣੇ ਹਰ ਮਹਿਮਾਨ ਨੂੰ ਹਰ ਦੋਸਤ ਨੂੰ ਵੈਲਕਮ ਵੀ ਕਰਦੇ ਨੇ ਬਲਕੇ ਦੁਸ਼ਮਣ ਨਾਲ ਵੀ ਅਗਰ ਦੁਸ਼ਮਣੀ ਹੋਏ ਤੇ ਦੁਸ਼ਮਣੀ ਵੀ ਪੂਰੀ ਕਰਦੇ ਨੇ ਤੇ ਜੁਰਾ ਸੁਲਾ ਕਰਦੇ ਨੇ ਤੇ ਫਿਰ ਸੁਲਾ ਵੀ ਪੂਰੀ ਕਰਦੇ ਨੇ ਲੋ ਜੀ ਫਿਰ ਸਾਨੂੰ ਇਜਾਜ਼ਤ ਦਿਓ ਕਿਉਂਕਿ ਅਗਰ ਅਸਾਂ ਜ਼ਿਆਦਾ ਬੋਲੇ ਫਿਰ ਵੀਡੀਓ ਹੋ ਜੇਗੀ ਲੰਬੀ ਤੇ ਤੁਸੀਂ ਕਹੋਗੇ ਕਿ ਸਕਿਪ ਕਰਨੀ ਤੇ ਸਕਿਪ ਤੁਸਾਂ ਕਰਨੀ ਨਹੀਂ ਸਾਡੀ ਵੀਡੀਓ ਪੂਰੀ ਦੇਖਿਆ ਕਰੋ ਆਫਜ਼ ਮੁਹੰਮਦ ਰિયાન ਕਾਦਰੀ ਤੇ ਕੈਮਰਾਮੈਨ ਜਿਹੜਾ ਅੱਜ ਸਾਡਾ ਆਪੇ ਸਾਨੂੰ ਬੰਨਣਾ ਪਿਆ ਸਾਨੂੰ ਅੱਜ ਤੁਸੀਂ ਦੇਖ ਨਹੀਂ ਸਕਰੇ ਕਿਉਂਕਿ ਅਵਾਜ਼ ਅੱਜ ਸਭ ਤੁਹਾਨੂੰ ਅੱਜ ਦੇਖ ਰਹੇ ਨੇ ਸ਼ੁਕਰੀਆ ਜੀ